ਕਰੀਏ
ਬਸ ਰੇ ਸੁਬੈਮਲ ਸਦਾ ਸੁਖ ਮਨ ਵਸੇ ਦੁੱਖ ਸੰਸਾਰ ਹੋਵੇ ਗੁਰੂ ਨਾਨਕ ਦਰਿਆ ਜਨਮ ਹਮ ਕਾਲਖ ਧੋਵੇ ਸਹਿਜ ਸੁਭਾਏ ਦਰਸ਼ਨ ਪਰਸੇ ਦੁਖੈ ਜਨਮ ਮਰਨ ਦੁਖ ਜਾ ਜਨਮ ਮਰਨ ਦੁਖ ਜਾਏ ਸੁਖੇ ਹਰੇ
तब तब मेरे मन महासुख पाया जो मैं अपना जो मैं अपना सतगुरु शब्द मिलावे शब्द मिलावे मिल प्रीतम दुख कटिया मेरे मिला मैं
ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਗੈ ਮਹਲ ਸ਼ਬਦ ਮਿਲਾ।
ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ। ਮੈਂ ਬਹੁਤ ਜਗ੍ਹਾ ਗਈ, ਬਹੁਤ ਘੁੰਮੀ, ਪਰ ਮੈਨੂੰ ਕੋਈ ਅਸਲੀ ਮਿੱਤਰ ਨਹੀਂ ਮਿਲਿਆ। ਜਦੋਂ ਮੈਂ ਗੁਰੂ ਸਾਹਿਬ ਨਾਲ ਮਿਲੀ ਤੇ ਮੈਨੂੰ ਸ਼ਬਦ ਦਾ ਮਿਲਾਪ ਹੋਇਆ, ਜਿਹੜਾ ਤੱਤ ਹੈ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅੰਧਨ ਹਰ ਲਿਵ ਲਾਗੈ ਜਾਗਤ ਰਹਿਣ। ਇਹ ਤੱਤ ਦੀ ਖੇਡ ਜਿਹੜੀ ਹੈ ਇਹ ਧੰਨ ਗੁਰੂ ਨਾਨਕ ਦੇ ਘਰ ਵਿੱਚੋਂ ਲੱਭਦੀ ਹੈ ਅਤੇ ਸ਼ਬਦ ਦਾ ਮਿਲਾਪ ਹੁੰਦਾ। ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਿਲਾਪ ਇਹ ਹੈ ਕਿ ਇੱਕ ਤਾਂ ਆਪਾਂ ਪੜ੍ਹਦੇ ਹਾਂ, ਪੜ੍ਹ ਪੜ੍ਹ ਕੇ ਗੁਰੂ ਸਾਹਿਬ ਕਿਰਪਾ ਕਰਨ ਸਵਾਦ ਆਵੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਇੱਦਾਂ ਮਿੱਠੀ ਲੱਗੇ, ਅਤੇ ਇਹਨੂੰ ਕਹਿੰਦੇ ਨੇ ਸ਼ਬਦ ਮਿਲਾਵਾ ਹੋਏ, ਮਿਲਾਪ ਹੋ ਗਿਆ। ਪੜ੍ਹਦਿਆਂ ਪੜ੍ਹਦਿਆਂ ਗਾਉਂਦਿਆਂ ਗਾਉਂਦਿਆਂ ਗੁਰੂ ਰੂਪ ਬਣ ਜਾਣਾ, ਗੁਰਬਾਣੀ ਰੂਪ ਬਣ ਜਾਣਾ, ਗੁਰਬਾਣੀ ਵਰਗਾ ਬਣ ਜਾਣਾ, ਇਹਨੂੰ ਕਹਿੰਦੇ ਸ਼ਬਦ ਮਿਲਾਵਾ ਹੋਏ। ਇਸੇ ਨੂੰ ਹੀ ਗੁਰੂ ਸਾਹਿਬ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਨਮੁਖ ਗੁਰਮੁਖ ਬਣ ਗਿਆ, ਇਹ ਜਿਹੜੀ ਜੋਤ ਹੈ ਇਹ ਗੁਰੂ ਪਰਮੇਸ਼ਰ ਨਾਲ, ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰੂ ਦੇ ਸ਼ਬਦ ਨਾਲ ਅੰਦਰ ਦੀਪ ਜਗਿਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ ਘੱਟ ਬਲਿਆ, ਹਰ ਲੱਦਾ ਰਤਨ ਪਦਾਰਥੋਂ ਫਿਰ ਬੌੜਨਾ ਚੱਲਿਆ। ਇਹੀ ਹੈ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕੱਟ, ਕੋਈ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਵੇ। ਗਲਤੀਆਂ ਦੀ ਖਿਮਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।